ਅਗਲੇ ਸਾਲ ਕਹਿੰਦੇ ਰਾਜੇ ਦੇ ਨਾਲ ਰਾਜਾ ਸਰਪੰਚ ਲੱਗਿਆ ਹੋਣਾ, ਪਰਮਾਤਮਾ ਚੜ੍ਹਦੀ ਕਲਾ ਵਕਤ ਸਾਹਮਣੇ ਪਈ ਹੋਈ ਕਬੱਡੀ 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 ਹੈ। ਉਰਲੀ ਕੰਨੀ ਤੋਂ ਦਲਜੀਤ ਕਹਿੰਦੇ ਡੱਕਣ ਦੀ ਕੋਸ਼ਿਸ਼ ਕਰਦਾ ਹੈ, ਨਹੀਂ ਜੋ ਡੱਕ ਸਕਿਆ ਪਰ ਸਫਲਤਾ। ਮੈਂ ਵੇਖਦਾ ਕਿ ਧਾਵੀ ਦੇ ਹਿੱਸੇ ਜੁੜ ਗਈ ਹੈ, 400 ਦੀ ਕਬੱਡੀ ਹੈ ਸਾਡੇ ਆਸਟ੍ਰੇਲੀਆ ਦੇ ਬਲਜੀਤ ਵੀਰ ਵੱਲੋਂ। ਔਰ ਫਿਟਨੈਸ ਜਿਮ ਕਹਿੰਦੇ ਬੜਾ ਜ਼ੋਰ ਕਚਹਿਰੀਆਂ ਦੇ ਲਾਗੇ ਜਿਹੜੀ ਤੁਸੀਂ ਬਿਲਕੁਲ ਸਾਡੇ ਮਹਿੰਦਰ ਗਹੂਣੀਆਂ 400 ਦਾ ਜੱਫਾ 400 ਦਾ ਜੱਫਾ ਪੌਂਡੀ ਕਹਿੰਦੇ ਚਿੰਬੜ ਗਿਆ ਪਰ ਹੱਥਾਂ ਚੋਂ ਨਿਕਲਦਾ ਜਾ ਰਿਹਾ, ਮੇਰੇ ਹੱਥ ਚੋਂ ਨਿਕਲਦਾ ਜਾਵੇ ਨੀ ਮੁੰਡਾ ਰੇਸ਼ਮੀ ਰੁਮਾਲ ਵਰਗਾ। ਤਗੜਾ ਖੇਡਦਾ ਨੌਜਵਾਨ, ਕਲੱਬਾਂ ਚ ਵੀ ਤਗੜੀ ਕਬੱਡੀ ਪਾਈ ਹੈ ਪਰ ਆਪਣੇ ਵਰਗ ਵਿੱਚ ਕਹਿੰਦੇ ਬਹਿ ਜਾਣ ਵਾਲਾ ਨੌਜਵਾਨ ਹੈ। ਸਾਹਮਣੇ ਦੇਖਦੇ ਕਿ ਉੱਚਾ ਲੰਬਾ ਨੌਜਵਾਨ ਕਬੱਡੀ ਪਾਉਣ ਵਾਲੀ ਖੇਡ ਮੈਦਾਨ ਵਿੱਚ ਵਧ ਗਿਆ। ਸਾਹਮਣੇ ਚਾਰ ਜਾਫੀ ਵੀ ਬਿਲਕੁਲ ਤਿਆਰ ਹੈ, ਬਾਜ ਵਾਲੀ ਅੱਖ ਹੈ ਤੇ ਟੱਚ ਵੇਖਾਂਗੇ ਸ਼ੇਰ ਦਾ। ਲਓ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਚੌਧਰੀ ਦਰਸ਼ਨ ਲਾਲ ਮੰਗੂਪਰ, ਉਹਨਾਂ ਦੇ ਸਪੁੱਤਰ ਅਜੇ ਕੁਮਾਰ ਵਿੱਕੀ ਜੋ ਸਰਪੰਚ ਨੇ ਮੰਗੂਪਰ ਦੇ, ਰਾਜਾ ਪ੍ਰਧਾਨ ਸਾਹਿਬ ਨੂੰ ਕਲੱਬ ਲਈ 51,000 ਰੁਪਇਆ ਦੇ ਰਹੇ ਨੇ। ਤਾੜੀਆਂ ਮਾਰ ਦਿਓ ਖੁੱਲ ਕੇ। ਵੇਖੋ ਸੱਜਣ ਮਿੱਤਰ, ਇੱਕ ਸੱਜਣ ਨੇ ਪਹਿਲਾਂ ਅਵੀ ਟੈਲੀਕਾਮ ਵਾਲਿਆਂ ਨੇ 70,000 ਦਾ ਫੋਨ ਗਿਫਟ ਕੀਤਾ ਹੈ। 51,000 ਰੁਪਇਆ ਸਾਡੇ ਵਿੱਕੀ ਸਰਪੰਚ ਮੰਗੂਪਰ ਨੇ ਦਿੱਤਾ ਹੈ। ਹੁਣ ਹਿਸਾਬ ਕਿਤਾਬ ਆਪਾਂ ਲਾਉਂਦੇ ਰਹੇ। ਸੋ ਇਹ ਹੁੰਦੇ ਨੇ ਸੱਜਣ ਮਿੱਤਰਾਂ ਦੇ ਨਾਲ ਖੇਡ ਮੇਲੇ, ਜਿੱਥੇ ਨਗਰ ਦਾ ਵੱਡਾ ਸਹਿਯੋਗ ਹੈ ਉੱਥੇ ਸੱਜਣ ਮਿੱਤਰਾਂ ਦਾ ਅਸੀਂ ਦੇਣਾ ਨਹੀਂ ਦੇ ਸਕਦੇ, ਜਿੱਥੇ ਪਿਆਰ ਹੈ ਉੱਥੇ ਵੱਡਾ ਸਹਿਯੋਗ ਵੀ ਹੈ। ਲਓ ਜੀ ਸਾਡਾ ਸੋਨਾ ਆੜਤੀਆ ਬਾਈ ਨੇ ਅੱਜ ਆਸਟ੍ਰੇਲੀਆ ਦੇ ਵਿੱਚ ਬੈਠਾ ਸਾਡਾ ਵੀਰ, ਪਰ ਫਿਰ ਵੀ ਤਾਰਾਂ ਜਿਹੜੀਆਂ ਦਿਲਾਂ ਦੀਆਂ ਦਿਲਾਂ ਨਾਲ ਜੁੜੀਆਂ ਹੋਈਆਂ। ਨਾਲ ਸਾਡਾ ਪ੍ਰਵੀਨ ਬਾਈ ਜੀ ਵੀ ਬੈਠੇ ਇਸ ਖੇਡ ਮੇਲੇ ਨੂੰ ਲਾਈਵ ਤੱਕ ਰਹੇ ਹੈ। ਇੱਕ ਵਾਰ ਦੋਨਾਂ ਵੀਰਾਂ ਦੇ ਨਾਮ ਤੇ ਤਾੜੀ ਮਾਰਦੇ, ਆਸਟ੍ਰੇਲੀਆ ਦੇ ਵਿੱਚ ਲਾਈਵ ਤੱਕ ਰਹੇ ਸਾਡੇ ਪ੍ਰਦੀਪ ਬਾਈ ਜੀ ਦੀ ਦੇਣ ਹੈ। 365kabaddi.com ਰਾਹੀਂ ਅੱਜ ਸਾਡਾ ਸੋਨਾ ਆੜਤੀ ਹੈ ਤੇ ਸਾਡੇ ਪ੍ਰਵੀਨ ਬਾਈ ਜੀ ਲਾਈਵ ਤੱਕ ਰਹੇ ਨੇ, ਬਹੁਤ ਬਹੁਤ ਧੰਨਵਾਦ ਕਰਦੇ। ਸੰਜੂ ਰਾਣਾ ਜੀ ਨਾਨੋਵਾਲ, ਲਓ ਜੀ ਦੀਪਾ ਸਾਡਾ ਕੌਲਗੜੀ ਹੈ, ਦੀਪਾ ਜੱਟ ਬਾਈ ਜੀ ਪਿਆਰ ਦੇ ਨਾਲ, ਸਾਨੂੰ ਪਤਾ ਗਰਮੀ ਬਹੁਤ ਹੈ ਤੁਹਾਡੇ ਖੂਨ ਵਿੱਚ, ਧੱਕਾ ਮੁੱਕੀ ਨਹੀਂ ਹੋਣਾ ਬਾਈ ਜੀ, ਕਿਤੇ ਮੈਨੂੰ ਗਰੁੱਪ ਨਾ ਅੰਦਰ ਨੂੰ ਠਾਲਨੇ ਪੈਣ, ਫਿਰ ਦੇਖ ਲਿਓ ਹਿਸਾਬ ਕਿਤਾਬ ਔਖਾ ਹੋਣਾ, ਮੈਚ ਨਾ ਖਰਾਬ ਕਰੋ ਮੇਰੇ ਵੀਰ, ਸਾਡਾ ਟੂਰਨਾਮੈਂਟ ਨਾ ਖਰਾਬ ਕਰੋ। ਲਓ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਰਸ਼ਪਾਲ ਪਾਲੀ ਸਰਪੰਚ, ਬਿਲਕੁਲ ਫ੍ਰੀ ਜਿਹੜੇ ਪਾਲੀ ਟੈਂਟ ਹਾਊਸ ਦੀ ਸਰਵਿਸ ਦਿੱਤੀ ਹੈ ਉਹਨਾਂ ਨੇ, ਇਸ ਗਰਾਊਂਡ ਨੂੰ ਇੱਕ ਦੁਲਹਨ ਦੀ ਤਰ੍ਹਾਂ ਸਜਾਇਆ, ਇਹ ਵੀ ਪਰਮ ਮਿੱਤਰ ਨੇ ਸਾਡੇ ਡਾਕਟਰ ਰਾਜਦੀਪ ਸਿੰਘ ਸੰਧੂ ਜੀ, ਜਿੱਥੇ ਸਾਡੇ ਸਰਪੰਚ ਵਿੱਕੀ ਮੰਗੂਪਰ ਨੇ 51,000 ਦਿੱਤਾ, ਉੱਥੇ ਡਾਕਟਰ ਰਾਜਦੀਪ ਸਿੰਘ ਸੰਧੂ ਸਾਹਿਬ ਨੇ ਵੀ ਇਸ ਕਲੱਬ ਨੂੰ 51,000 ਰੁਪਇਆ ਦਿੱਤਾ। ਸੋਨੂ ਤਿਉੜ ਤੇ ਠਾਕਰ ਬੜਾਚਰ ਲਾਡੀ ਰਾਣਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਲਓ ਜੀ ਮੈਚ ਦੀ ਜਿਹੜੀ ਸਮਾਪਤੀ ਹੋ ਚੁੱਕੀ ਹੈ, ਆਓ ਜੀ ਨੰਗਲ ਅੰਬੇ ਦੀ ਟੀਮ ਜਲਦੀ ਖੇਡ ਮੈਦਾਨ ਵਿੱਚ ਪੁੱਜਦੀ ਹੋ ਜਾਏ। ਵਿੱਕੀ ਕਮਾਨ ਖੇਡ ਮੈਦਾਨ ਵਿੱਚ ਪੁੱਜ ਚੁੱਕੇ ਨੇ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਠਠਿਆਲਾ ਟਾਹਾਂ ਦੀ ਟੀਮ ਦੇ 14 ਨੰਬਰ 14 ਦੇ ਮੁਕਾਬਲੇ ਜਮੀਤਗੜ੍ਹ ਪੱਲਿਆਂ, 23 ਨੰਬਰ ਟੀਮ ਜਿਹੜੀ ਜਮੀਤਗੜ੍ਹ ਪੱਲਿਆਂ ਦੀ ਜਿੱਤ ਚੁੱਕੀ ਹੈ। ਲਓ ਜੀ ਬਹੁਤ ਬਹੁਤ ਧੰਨਵਾਦ ਕਰਦੇ ਅਸੀਂ ਵਿੱਕੀ ਤੇ ਮਾਨ ਸਾਹਿਬ ਉਹਨਾਂ ਦਾ, ਨਿੰਦਾ ਜਮੇਲ, ਡਾਕਟਰ ਮੁਨੀਸ਼, ਡਾਕਟਰ ਵਿੱਕੀ ਬਲਾਚੌਰ, ਰਮਨ ਧੀਮਾਨ, ਰਾਮਾ ਧੀਮਾਨ ਸਾਹਿਬ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। 27-28 ਫਰਵਰੀ ਦਾ ਖੇਡ ਮੇਲਾ ਯਾਦ ਰੱਖ ਲਿਓ, 27-28 ਫਰਵਰੀ ਹੈਪੀ ਚੌਧਰੀ ਦੀ, ਹੈਪੀ ਆਦਵਾਣੀ ਦੀ ਯਾਦ ਨੂੰ
ਮਨਪ੍ਰੀਤ ਖੇਡ ਮੇਲਾ ਕੋਝੇਵਾਲ ਦੀ ਧਰਤੀ ਤੇ ਕਰਵਾਇਆ ਜਾ ਰਿਹਾ ਹੈ। ਸੋ ਸਾਰਿਆਂ ਨੂੰ ਖੁੱਲੇ ਸੱਦੇ ਆਓ ਜੀ, ਸੋਨੇ ਦੀ ਮੁੰਦੀ ਆ ਜਾਓ ਜੀ ਗਰਾਊਂਡ ਵਿੱਚ ਆ ਜਾਓ ਜੀ, ਸੋਨੇ ਦੀ ਮੁੰਦੀ ਆਓ ਜੀ, ਪੇਟੀ ਚੱਕ ਲਿਓ ਜੀ, ਬਾਬਾ ਜੀ ਤੋਂ ਕਢਾ ਦਿਓ ਜੀ ਸਟੇਜ ਤੇ ਪਰਚੀ, ਦੇਖਦੇ ਕਿ ਕਿਹਦਾ ਲੱਕੀ ਨੰਬਰ ਨਿਕਲਦਾ। ਮੁੰਦੀ ਆਪਣੀ ਆ ਸਾਂਭ ਕੇ ਰੱਖਣੀ, ਲਓ ਜੀ ਫਾਈਨਲ ਦੀਆਂ ਦੋਨੋਂ ਟੀਮਾਂ ਖੇਡ ਮੈਦਾਨ ਦੇ ਵਿੱਚ ਪੁੱਜ ਚੁੱਕੀਆਂ ਨੇ। ਰੁਪਿੰਦਰ ਜਲਾਲ ਜੀ ਸਾਡੇ ਪੰਮਾ ਅਧੋਣਿਆ ਮੇਰੇ ਵੀਰ ਖੇਡ ਮੈਦਾਨ ਦੇ ਵਿੱਚ ਪੁੱਜਦੇ ਹੋ ਜਾਣਾ, ਕਿਉਂਕਿ ਅਸੀਂ ਛੋਟੇ ਲੈਵਲ ਦੇ ਵਿੱਚ ਛੋਟੇ ਖਿਡਾਰੀਆਂ ਯੋਗ ਆ, ਸੋ ਬੜੇ ਖਿਡਾਰੀਆਂ ਦੀ ਜਿਹੜੀ ਪਛਾਣ ਤੁਸੀਂ ਕਰਾਉਣੀ ਹੈ, ਸੋ ਤੁਹਾਡੇ ਮੂੰਹੋਂ ਇਹ ਬੋਲ ਜੱਜਦੇ ਨੇ। ਸੋ ਬੇਨਤੀ ਕਰਾਂਗੇ ਰੁਪਿੰਦਰ ਜਲਾਲ ਜਾਂ ਪੰਮਾ ਅਧੋਣਾ, ਫਾਈਨਲ ਮੈਚ ਹੋਣ ਜਾ ਰਿਹਾ ਹੈ, ਸੋ ਦੋਨਾਂ ਨੂੰ ਬੇਨਤੀ ਕਰਾਂਗੇ ਖੇਡ ਮੈਦਾਨ ਦੇ ਵਿੱਚ ਪੁੱਜਦੇ ਹੋ ਜਾਣ। ਸੋਨੇ ਦੀ ਮੁੰਦੀ ਮੈਂ ਕਢਾ ਦਿਆ ਪਹਿਲਾਂ, ਬਾਈ ਜੀ ਪਰਚੀਆਂ ਕੱਢ ਲਓ ਮੇਰੇ ਵੀਰ, ਪਰਚੀਆਂ ਦੇ ਨੰਬਰ ਪੜ੍ਹ ਲਓ ਮੇਰੇ ਵੀਰ, 408 ਨੰਬਰ, 30 ਸਕਿੰਟ ਦਾ ਸਮਾਂ ਮੇਰੇ ਵੀਰ, 408 ਹੂਟਰ ਵਾਲਿਆ ਹੂਟਰ ਲਾ ਦੇ, 408 ਸੋਨੇ ਦੀ ਮੁੰਦੀ ਆ ਬਾਈ ਜੀ, ਆਪਣੀਆਂ ਪਰਚੀਆਂ ਚੈੱਕ ਕਰ ਲਓ, 408 ਨੰਬਰ ਹੈ, 30 ਸਕਿੰਟ ਦਾ ਹੂਟਰ ਬੋਲਣ ਤੋਂ ਬਾਅਦ ਕੈਂਸਲ ਹੋ ਜਾਣੀ ਹੈ, 408 408 ਆ ਜਾ, ਕਿਹੜਾ ਆਉਂਦਾ ਇਹ ਨੱਠ ਬਾਈ ਜੀ, ਹੈਗਾ ਉਹ ਆ ਗਿਆ ਸ਼ੇਰ ਬਾਜੀ ਕੋਲ, ਆ ਜਾ ਐਨ ਲਾਸਟ ਪੁਆਇੰਟ ਤੇ ਪੁੱਜਿਆ, ਪਰਚੀ ਦੇਖ ਲਈਏ ਕਈ ਵਾਰ, ਲਓ ਜੀ ਸੈਦ ਗਾਮੇ ਦਾ ਰਮਨਦੀਪ ਸੋਨੇ ਦੀ ਮੁੰਦੀ ਨਿਕਲੀ ਆ, ਨੌਜਵਾਨ ਨੂੰ ਤਾੜੀਆਂ ਮਾਰੇ ਜਰਾ ਜ਼ੋਰਦਾਰ, ਵਿਛੇ ਗਰਾਉਂਡ ਤੋਂ ਭੱਜ ਕੇ ਆਇਆ, ਕਹਿੰਦਾ ਕਿਤੇ ਸੋਨੇ ਦੀ ਮੁੰਦੀ ਨਾ ਖਰਾਬ ਹੋ ਜਾਏ। ਸੈਦ ਗਾਮੇ ਦਾ ਬਾਈ ਜੀ 408 ਹੈ, ਮੇਰੇ ਨਾਲ ਕਿਹੜਾ ਅੱਧ ਕੀਤਾ ਉਹਨੇ, ਬਾਈ ਜੀ ਸ਼ੱਕ ਨਾ ਯਾਰ ਕਰਿਆ ਕਰੋ, ਸੈਦ ਗਾਮੇ ਤੋਂ ਰਮਨਦੀਪ ਨੌਜਵਾਨ ਨੌਜਵਾਨ ਸੋਹਣਾ ਸੁਨੱਖਾ ਬਣ ਕੇ ਆਇਆ, ਜੈਲ ਸ਼ੈਲ ਲਾ ਕੇ, ਹੁਣ ਘਰਦਿਆਂ ਨੇ ਆਪਸ ਵਿੱਚ ਇਹਨੂੰ ਠਾਲ ਕੇ ਭੇਜਿਆ, ਕਹਿੰਦਾ ਪੁੱਤ ਟੂਰਨਾਮੈਂਟ ਦੇਖਿਆ ਤੂੰ, ਬਾਬਾ ਜੀ ਸਿਆੜ ਵਾਲੇ ਸੋਨੇ ਦੀ ਮੁੰਦੀ ਪ੍ਰਧਾਨ ਸਾਹਿਬ, ਬਾਈ ਜੀ ਆ ਜਾ ਰਮਨਦੀਪ ਮੇਰਾ ਵੀਰ, ਮੁੰਦੀ ਫਿੱਟ ਆਉਂਦੀ ਹੈ ਪਹਿਲਾਂ ਚੈੱਕ ਕਰ ਲੈ, ਤਾੜੀਆਂ ਮੋਟੀ ਉਂਗਲੀਆਂ ਮੋਟੀ ਹੈ, ਅੰਗੂਠੇ ਚਾੜੀ ਹੈ, ਕੋਈ ਨੀ ਸਾਰਾ ਟੱਬਰ ਉਂਗਲੀਆਂ ਫਸਾਊ ਅੱਜ। ਲਓ ਜੀ ਬਾਬਾ ਜੀ ਰਮਨਦੀਪ ਸੈਦ ਗਾਮੇ ਵਾਲੇ ਨੂੰ ਦਰਸ਼ਕਾਂ ਦੇ ਵਿੱਚ ਜਿਹੜੀ ਸੋਨੇ ਦੀ ਮੁੰਦਰੀ ਨਿਕਲੀ ਹੈ, ਤਾੜੀਆਂ ਮਾਰ ਦਿਓ, ਕੋਈ ਚੱਕਰ ਨੀ, ਜੇ ਤੁਹਾਨੂੰ ਨੀ ਨਿਕਲੀ ਤਾਂ ਬਾਈ ਨੂੰ ਤਾਂ ਨਿਕਲੀ ਹੈ, ਆ ਜਾ ਬਾਈ ਇੱਕ ਵਾਰੀ ਸਾਰਿਆਂ ਨੂੰ ਤੇਰੇ ਦਰਸ਼ਨ ਕਰਾਉਣੇ ਆ, ਪਰ ਸੋਨੇ ਦੀ ਮੁੰਦੀ ਛੋਟੀ ਜਿਹੀ ਗੱਲ ਨੀ ਹੈ, ਸਾਡੇ ਵਰਗਾ ਸਾਈਕਲ 3500 ਦਾ ਲੈ ਕੇ 4 ਚੱਕਰ ਲਾਉਂਦਾ, ਤੂੰ ਤਾਂ ਫਿਰ ਵੀ 15-20 ਹਜ਼ਾਰ ਨੂੰ ਪਤੰਦਰਾ ਹੱਥ ਮਾਰ ਗਿਆ, ਲਓ ਜੀ ਟੀਮਾਂ ਦੋਨੋਂ ਬਿਲਕੁਲ ਤਿਆਰ ਹੋ ਜਾਓ, ਸਾਡਾ ਵੀਰ ਰਮਨਦੀਪ ਸੈਦ ਗਾਮੇ ਵਾਲਾ ਮੁੰਦੀ ਦਿਖਾ ਬਾਈ ਕਿੱਧਰ ਪਾਈ ਆ, ਆਹ ਦੇਖੋ ਜੀ ਚਮਕਦੀ ਆ ਨਾ, ਤਾੜੀ ਮਾਰ ਦਿਓ ਮੁੰਡੇ ਨੂੰ, ਅੱਜ ਬਹਿ ਜਾ ਕਰਾ ਦਿੱਤੀ ਹੈ, ਸਵੇਰ ਦਾ ਸਾਡੇ ਨਾਲ ਜੁੜਿਆ, ਬਹੁਤ ਬਹੁਤ ਧੰਨਵਾਦ ਇਸ ਵੀਰ ਦਾ ਵੀ, ਸੋ ਬਿਲਕੁਲ ਕਹਿੰਦੇ ਅੱਜ ਸੋਨੇ ਦੀ, ਪਿੰਡ ਵਾਲੇ ਤਾਂ 20-20 ਪਰਚੀਆਂ ਉੱਦਾਂ ਹੀ ਹੱਥਾਂ 'ਚ ਲੈ ਕੇ ਬੈਠੇ ਹੈ, ਲਓ ਜੀ ਰੇਸ਼ਮ ਸਿੰਘ ਸੈਣੀ ਜੀ ਜਿੱਥੇ ਕਲੱਬਾਂ ਦੇ 51,000 ਦਾ ਜਿਹੜਾ ਰਾਸ਼ੀ ਉਹਨਾਂ ਨੇ ਆਪਣੀ ਨੇਕ ਕਮਾਈ ਜੋ ਦਿੱਤੀ ਹੈ, ਪਰਮਾਤਮਾ ਚੜ੍ਹਦੀ ਕਲਾ ਬਖਸ਼ੇ, ਇਸੇ ਤਰ੍ਹਾਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹਾਂ, ਬਾਈ ਜੀ ਮੈਚ ਸ਼ੁਰੂ ਕਰਵਾ ਦਿਓ ਮੇਰੇ ਵੀਰ, ਹੁਣ ਮਾਈਕ ਤੇ ਰੁਪਿੰਦਰ ਜਲਾਲ ਜੀ ਉੱਥੇ ਹੈਪੀ ਦੇ ਛੋਟੇ ਵੀਰਾਂ ਵੱਲੋਂ ਆਦੋਣੇ ਦੀ ਧਰਤੀ ਤੇ ਜਿਹੜਾ ਮੈਚ ਕਰਵਾਏ ਜਾ ਰਹੇ ਨੇ, ਸਾਡੇ ਛੋਟੂ ਵੀਰ ਵੱਲੋਂ ਦੀਪੀ ਕਾਕੂ ਆਦੋਣਾ, ਪ੍ਰਵੀਨ
ਸਾਰੇ ਨੌਜਵਾਨ ਜਿਹੜੇ ਸੁਮਿਤ ਅਦਵਾਣਾ ਟੀਪੂ ਬਾਈ ਹਨੀ ਕੰਗੜਾ ਗੋਰਾ ਬੜਾਚੌਰ ਤੇ ਸੋਨੂ ਕੰਗੜਾ ਵੀਰ ਵੱਲੋਂ 12-13 ਦਸੰਬਰ ਨੂੰ ਜਿਹੜਾ ਹੈਪੀ ਦੀ ਯਾਦ ਵਿੱਚ ਉਸਦੇ ਨਗਰ ਦੇ ਵਿੱਚ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਸੋ ਬਹੁਤ ਬਹੁਤ ਧੰਨਵਾਦ ਕਰਦੇ ਅਸੀਂ ਸਾਰੇ ਪਦਵੰਤੇ ਸੱਜਣਾ ਦਾ। ਲਓ ਜੀ ਫਾਈਨਲ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ। 41,000 ਦੋਨੋਂ ਟੀਮਾਂ ਦੇ ਖਾਤੇ 'ਚ ਜਮ੍ਹਾਂ ਹੋ ਗਿਆ ਹੈ। ਹੁਣ ਗੱਲ 10,000 ਦੀ ਹੋਣੀ ਹੈ। 51-41 ਤੇ ਬਾਈ ਡਿਊਟੀ ਲਾ ਦਿਓ, ਬੈਸਟ ਰੇਡਰ ਤੇ ਜਾਫੀ ਕੱਢਣੇ ਆਪਾਂ। ਇਹ ਲੱਕੀ ਬਾਈ ਜੀ ਡਿਊਟੀ ਲਾ ਦਿਓ, ਬਾਅਦ ਵਿੱਚ ਕੋਈ ਦੇਖਣੇ ਕਿਹਨੇ ਕਿੰਨੇ ਟੱਚ ਮਾਰੇ ਨੇ, ਕਿੰਨੇ ਟੱਚ ਮਾਰਨ ਦੇ ਬਾਵਜੂਦ ਕਿੰਨੇ ਨੰਬਰ ਪ੍ਰਾਪਤ ਕੀਤੇ। ਲੇਖਾ ਜੋਖਾ ਤੁਸੀਂ ਰੱਖਣਾ, ਰੌਲੇ ਵਿੱਚ ਕਿਤੇ ਸੋਨੇ ਦੀਆਂ ਮੁੰਦੀਆਂ ਦਾ ਲੇਖਾ ਜੋਖਾ ਨਾ ਭੁੱਲ ਜਾਈਏ। ਤੂੰ ਬੈਸਟ ਰੇਡਰ ਤੇ ਜਾਫੀ ਨੂੰ ਅੱਜ ਸੋਨੇ ਦੀਆਂ ਮੁੰਦੀਆਂ। ਗਰਾਊਂਡ ਆਪਾਂ ਕਲੀਅਰ ਕਰ ਦਈਏ। ਮੇਰੇ ਵੀਰਾਂ ਨੂੰ ਬੇਨਤੀ ਹੈ ਜਿਨ੍ਹਾਂ ਦੀ ਡਿਊਟੀ ਨਹੀਂ ਉਹ ਗਰਾਊਂਡ ਨੂੰ ਜ਼ਰੂਰ ਕਲੀਅਰ ਕਰਨਗੇ, ਬੜੀ ਮਿਹਰਬਾਨੀ ਹੋਵੇਗੀ। ਲੈ ਵੀ ਰਾਜੇ ਆ ਜਾ ਮੇਰੇ ਵੀਰੇ, ਸਵੇਰ ਦਾ ਟੈਨਸ਼ਨ 'ਚ ਤੁਰਿਆ ਫਿਰਦਾ ਹੈ, ਕਦੇ ਕੋਈ ਆ ਗਿਆ। GI ਨੂੰ ਵੀ ਆਖਿਆ, ਸਾਰਿਆਂ ਦਾ ਸਤਿਕਾਰ ਕੀਤਾ। ਫਾਈਨਲ ਮੈਚ ਹੈ ਅਤੇ ਫਾਈਨਲ ਮੈਚ ਆ ਕੇ ਵੇਖ ਜਰਾ ਨੌਜਵਾਨਾਂ, ਖੇਡ ਮੈਦਾਨ ਅੰਦਰ। ਹਾਂਜੀ ਡਬਲ ਟੱਚ ਦਾ ਜਿਹੜਾ ਪੁਆਇੰਟ ਆ ਉਹ ਬੈਸਟ ਦੇ ਲਈ ਨਹੀਂ ਗਿਣਿਆ ਜਾਣਾ, ਉਹ ਤਾਂ ਪੁਆਇੰਟ ਗਿਣਿਆ ਜਾਣਾ ਟੀਮ ਦੇ ਲਈ। ਹਾਂਜੀ ਹੈਲੋ। ਲਓ ਜੀ ਨਾਲ ਦੀ ਨਾਲ ਫਾਈਨਲ ਮੈਚ ਨਾਲ ਕੁਝ ਵਿਸ਼ੇਸ਼ ਸਨਮਾਨ ਕਲੱਬ ਵੱਲੋਂ ਸੰਨੀ ਰਾਣਾ ਜੀ ਸਰਪੰਚ ਡੀਕਾ, ਸਰਪੰਚ ਡੀਕਾ ਆਦੇਸ਼ ਰਾਣਾ ਜੀ ਉਹ ਵੀ ਆਪਣਾ ਵਿਸ਼ੇਸ਼ ਸਨਮਾਨ ਪ੍ਰਾਪਤ ਕਰਨਗੇ। ਮੈਂ ਬੇਨਤੀ ਕਰਾਂ ਰਵਿੰਦਰ ਰਾਣਾ ਜੀ ਰਾਣਾ ਖੇੜੀ, ਰਾਮਵੀਰ ਨੂੰ ਵੀ ਬੇਨਤੀ ਕਰਾਂਗੇ ਉਹ ਵੀ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰਨਗੇ। ਬਾਨੂ ਬਾਈ ਜੀ ਆ ਜਾਓ ਮੇਰੇ ਵੀਰ, ਫਾਈਨਲ ਮੈਚ ਹੋਣ ਜਾ ਰਿਹਾ। ਆਪਾਂ ਨਾਲ ਦੀ ਨਾਲ ਜਿਹੜੇ ਵਿਸ਼ੇਸ਼ ਸਨਮਾਨ ਦੇਣੇ ਨੇ ਮੇਨ ਸਟੇਜ ਤੇ ਬਾਬਾ ਜੀ ਸਾਡੇ ਸੱਜਣ ਮਿੱਤਰਾਂ ਨੂੰ ਕੁਝ ਜਿਹੜੇ ਵਿਸ਼ੇਸ਼ ਸਨਮਾਨ ਦੇਣੇ ਨੇ, ਸੋ ਜਿਨ੍ਹਾਂ ਦੇ ਮੈਂ ਨਾਮ ਅਨਾਊਂਸ ਕੀਤੇ ਨੇ ਮੈਂ ਬੇਨਤੀ ਕਰਾਂਗਾ ਉਹ ਮੇਨ ਸਟੇਜ ਤੇ ਪੁੱਜ ਕੇ ਆਪਣੇ ਵਿਸ਼ੇਸ਼ ਸਨਮਾਨ ਸਾਡੇ ਰਾਜਾ ਪ੍ਰਧਾਨ ਸਾਹਿਬ ਵੱਲੋਂ ਜਿਹੜੇ ਦਿੱਤੇ ਜਾ ਰਹੇ ਨੇ ਬਹੁਤ ਬਹੁਤ ਧੰਨਵਾਦ ਆਖਦੇ ਹਾਂ। ਮਾਈਕ ਓਵਰ ਟੂ ਗਰਾਊਂਡ। ਲਓ ਜੀ ਨਾਲ ਫਾਈਨਲ ਮੈਚ ਦਾ ਆਨੰਦ ਉਠਾਉਣਾ, ਨਾਲ ਹੀ ਸਾਡੇ ਸੱਜਣ ਮਿੱਤਰਾਂ ਦੇ ਵਿਸ਼ੇਸ਼ ਜਿਹੜੇ ਸਨਮਾਨ ਕੀਤੇ ਜਾ ਰਹੇ ਨੇ ਉਹਨਾਂ ਦੇ ਸਨਮਾਨ ਚਿੰਨ੍ਹ ਉਹਨਾਂ ਨੂੰ ਦਿੱਤੇ ਜਾ ਰਹੇ ਨੇ। ਮੈਂ ਪੁੱਜੇ ਹੋਏ ਸਾਰੇ ਸੱਜਣ ਮਿੱਤਰਾਂ ਦਾ ਇੱਕ ਵਾਰ ਫਿਰ ਤੋਂ ਰਾਜਾ ਪ੍ਰਧਾਨ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਸਾਡੇ ਗੁਲਾਬ ਵਰਗੇ ਸੱਦੇ ਨੂੰ ਕਬੂਲ ਕਰਕੇ। ਹਾਂਜੀ ਰੁਪਿੰਦਰ ਜੀ ਮੈਚ ਸ਼ੁਰੂ ਕਰਾ ਦਿਓ। ਲਓ ਮੇਰੇ ਪੰਜਾਬੀ ਵੀਰੋ ਫਾਈਨਲ ਮੈਚ ਜਿਹੜਾ ਹੈ, ਲੈ ਵੀ ਜਿੰਦਰਾ ਰੱਕੜਾਂ ਦੀ ਟੀਮ ਹੈ ਇੱਧਰ
रकड़ा की टीम जी पहुंच चुकी है पिंड वाली साइड और दूसरे पासे स्टेज वाली साइड जो टीम है वो कहते माता पंजाब कौर कबड्डी क्लब नंगलंबियां संदीप दे पिंड की टीम है ग्लेडिएटर बैठा वेखदा इंग्लैंड दे खेल मेरे वीरो इंग्लैंड की धरती से इन्होंने मैचों का नजारा माणदा है बलपुरी का मेरे वीरो पहली कबड्डी फाइनल की 51,000 41,000 का प्राइज होना 92,000 कहने सोने दिया मुंदिया दित्तियां जाणगियां लो नड्डा बलपुरी का पाँदा कबड्डी ते दूजे पासे नौजवान करता होया कोशिश मेरे पंजाबी वीरो यह है गाखड़ा वाला केशी ते पॉइंट जिहड़ा नड्डा बलपुरी का अपनी टीम के लिए जोड़ता होया पॉइंट धावी के हिस्से जा जुड़े है उधर विक्की प्रधान जी साडे मंगूपुर वाले वह भी कहने आने वाले साल 2016 दी तरीक है 16 ते 17 अक्टूबर दी है वह आप सबनों सद्दा दे रहे हैं पक्कियां डेटा ने लै भी भाई इस साल तो नहीं पुज सके अगले साल जरूर पुजांगे मंगूपुर दे विच भी पर वेखिए खेड मेरे वीर कबड्डी इस नौजवान की पैन जा रही है यह है अरली भन का अमृत सिंह नाम है पर दूजे पासे कहने जाफिया ने चीमिया वाले लखे का भी जोड़ा ना है वह प्रसिद्ध है मेरे वीरियो लखा चीमा कला पिंड है नूर महल का एरिया है आओ वेखना अमृत अरली भन का मेरे वीरियो इसलिए पॉइंट लैके वापस जाता होया राजे प्रधान मुबारकबाद है अज के इस वे कप की मेरे वीरियो एन दुनिया के महान खेडे पाला पाँगा कबड्डी जाफिया के कहते नौजवान इसलिए करता कोशिश एक पासे अजमेर खजाले का दूजे पासे पाला चीमा कला पिंड का लो मुकाबला सख्त मेरे वीरियो एक पासे कहते गुरदासपुर के खिडारी है जेड़े वो रकड़ा की टीम के लिए खेल रहे हैं जिंदर रकड़ा वाला मेरे वीरियो पर वह भी साडा वीर पुजा होया है और दूसरे पासे नंगलंबियां माता पंजाब कौर कबड्डी क्लब है नंगलंबियां की टीम है शाहकोट का एरिया है कहते बाबा सुखचैन दास कबड्डी क्लब शाहकोट की गल होंदी है पेरिया स्पोर्ट्स क्लब तो नाल कहते वैनकूवर की खेड क्लब तो साढ़े कहते चमकीले होनी आस्ट्रिया तो इस टीम के लिए बड़े योगदान पाते हैं लो खेड मैदान के आप देखिए लखे चीमिया वाले का जफा मेरे वीरियो लो मन्ने चाका वाली जफा लगे ये है शाम चौरासी वाला मेरे वीरियो फौजी शाम चौरासी का दूजे पासे बच गई कैंची बजता हुआ पंप हल्की जी चोट महसूस कर रहा है तो पॉइंट जोड़ा धावी के हिस्से जा जुड़े राजे सरपंच होनी राजे प्रधान होनी मेरे वीरियो साढ़े वीर कहते स्टेज पर आईया हुई शख्सियत का मान कर रहे हैं और खेड मैदान छोटा मत्ता गुरदासपुरी कहते ये शिकार माशिया का है बड़ा मत्ता कहते भोले क्या पर आया छोटा मत्ता मेरे वीरियो शिकार माशिया पिंड है जिथों का बलकारा उस पिंड का नौजवान मेरे वीरो मत्ता कबड्डी पा के पॉइंट लेके वापस जाता होया अपनी टीम के लिए तगड़ा मैच सारे दर्शक वीर का पुजे संगत का पुजे यार दोस्तों का राजे साढ़े प्रधान वालों जिया आख्या जा रहा है एक पासे अजमेर मेरे वीरों खजाले की धरती का अजमेर जलाल दियां गल्लां होंदियां अजमेर बलैती कहने चक्रवाला प्रसिद्ध समाज सेवियों के नाम रहा है अज नहीं रहा दुनिया से उसकी याद है पर इंद्रपाल खुश है भी टीम फाइनल खेड रही है उधर वेखना नौजवान गभरू अगली रेड मेरे वीरों नड्डा बलपुरी का भोले वाली बिट्टू का धन्यवाद है और सारे वीर का धन्यवाद खेड मैदान नड्डा बलपुरी का कि जदों मौत आऊ अगे आऊ तेरा खालसा लखा चो पहचाने आए जाऊ तेरा खालसा लखा चो पहचाने आए जाऊ तेरा खालसा गुरु का खालसा गुरदासपुर की धरती यह है मेरे वीरो नड्डा बलपुरी पिंड का इस वेले पॉइंट लेके वापस जाता हो अपनी टीम के लिए वखरा अंदाज है कि पट्ट ने कहते डौलियां भी यारों हथ ना पेंदे ये किहड़े पिंड का गभरू लोग उंगलां कर कर पुछते हैं गज गज चौड़िया छातिया वाले बिच मैदानी बुकते हैं गज गज चौड़िया छातिया वाले बिच मैदानी बुकते हैं लाओ वेखना एक पासे नौजवान गभरू करता कोशिश जफा लाने की हिक जोर नाल बल्ले बल्ले हो के नहीं पर पाला कहने पॉइंट अपनी टीम के लिए जोड़ता होया पॉइंट नंगलंबियां का खंडवाया होया गुरु का खंडा लै भी महावीर अठवाल ना दसी भी इस गभरू का की है जिहड़ा हुण कबड्डी पाउण दे लई अमृत मेरे वीरो
ਅਰਲੀ ਭੰਨ ਪਿੰਡ ਹੈ ਉਧਰ ਪ੍ਰਵੀਨ ਹੋਣੀ ਸਾਡੇ ਵੀਰ ਤੇ ਸੋਨਾ ਜੀ ਆਸਟ੍ਰੇਲੀਆ ਤੋਂ ਆ ਰੇਡਰ ਦੇ ਲਈ ਇਹ ਪੁਆਇੰਟ ਕਿਹਦਾ ਜੀ ਜਾਫੀ ਨੂੰ ਦੇ ਦਿੰਦੇ ਹਾਂ ਜੀ ਆਪਾਂ ਪ੍ਰਵੀਨ ਉਹਨਾਂ ਵੱਲੋਂ ਤੇ ਸਾਡੇ ਵੀਰ ਲੈ ਵੀ ਇੰਦਰਪਾਲ ਇਹ ਮਾਇਆ ਦੇ ਜੱਫੇ ਲੱਖੇ ਦੇ ਪੈਸੇ ਆ ਜੀ ਅੱਜ ਮੁੰਦੀਆਂ ਹੋਣਗੀਆਂ ਅੱਜ ਕਹਿੰਦੇ ਉਂਗਲਾਂ ਖੱਟੀਆਂ ਹੋਣਗੀਆਂ ਦੋ ਪਲੇਅਰਾਂ ਦੀਆਂ ਸੋਨਾ ਦਿੱਤਾ ਜਾਣਾ ਮੁੰਦੀਆਂ ਸੋਨੇ ਦੀਆਂ ਮਿਸਤਰੀ ਰਾਮ ਸਰੂਪ ਜੀ ਸਟੇਜ ਦੇ ਲਾਗੇ ਆ ਜਾਣ ਬੜੀ ਮਿਹਰਬਾਨੀ ਹੋਵੇਗੀ ਮਿਸਤਰੀ ਰਾਮ ਸਰੂਪ ਜੀ ਸਟੇਜ ਦੇ ਲਾਗੇ ਆ ਜਾਣ ਬੜੀ ਮਿਹਰਬਾਨੀ ਹੋਵੇਗੀ ਲਓ ਇਸ ਵੇਲੇ ਰੱਕੜਾਂ ਵਾਲਾ ਮੇਰੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਰੱਕੜਾਂ ਦੀ ਟੀਮ ਵੱਲੋਂ ਨੌਜਵਾਨ ਮੰਨਾ ਚਾਕਾਂ ਵਾਲੀ ਦਾ ਪਾਉਂਦਾ ਕਬੱਡੀ ਤੇ ਕੇਸ਼ੀ ਗਾਖੜਾਂ ਵਾਲਾ ਲੱਖਾਂ ਚੀਮਿਆਂ ਦਾ ਕੋਸ਼ਿਸ਼ ਕਰਦਾ ਤੇ ਰੈਫਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਵੇਰ ਤੋਂ ਲੈ ਕੇ ਜ਼ਿੰਮੇਵਾਰੀਆਂ ਨਿਭਾ ਰਹੇ ਹੈ ਦੋਨੋਂ ਸਾਈਡਾਂ ਤੋਂ ਨਾਂ ਪੰਮਿਆ ਨਾਂ ਅਸੀਂ ਸਾਰੇ ਰੈਫਰੀਆਂ ਦਾ ਜ਼ਰੂਰ ਬੋਲੀਏ ਕਿਉਂਕਿ ਇਹਨਾਂ ਦੇ ਸਿਰ ਤੇ ਹੀ ਹੈ ਜਸਵੀਰ ਸਿੰਘ ਜੀ ਡੀ ਪੀ ਸਾਹਿਬ ਤਾਰਪੁਰੀਆ ਮੋਖਾ ਹੈ ਉੱਧਰ ਲਾਈਨਮੈਨ ਬਿੱਟੂ ਮੁਕੰਦਪੁਰੀਆ ਤੇ ਦੂਜੇ ਪਾਸੇ ਕਸ਼ਮੀਰ ਸਿੰਘ ਜੀ ਕਾਲੋਂ ਵੱਡੀਆਂ ਜ਼ਿੰਮੇਵਾਰੀਆਂ ਇਸ ਟੂਰਨਾਮੈਂਟ ਦੀਆਂ ਸਾਂਭੀਆਂ ਹੋਈਆਂ ਨੇ ਨੌਜਵਾਨ ਕਹਿੰਦੇ ਗੱਭਰੂ ਪਾਉਂਦਾ ਕਬੱਡੀ ਤੇ ਸਾਹਮਣੇ ਚਾਰਾਂ ਦੇ ਵਿੱਚੋਂ ਮੁਕਾਬਲਾ ਹੋ ਚੁੱਕਿਆ ਉਹਨੂੰ ਹੁੰਦਲ ਢੱਡੇ ਵਾਲਾ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਹੈ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜਾ ਜੁੜਿਆ ਜਿਹੜਾ ਕਹਿੰਦੇ ਫੌਜੀ ਸ਼ਾਮ 84 ਵਾਲੇ ਇੱਕ ਮਿੰਟ ਜੀ ਫੌਜੀ ਸ਼ਾਮ 84 ਵਾਲੇ ਨੂੰ ਜੱਫਾ ਲਾਊ ਇਹ ਤਿੰਨ ਰੇਡਾਂ ਤੇ ਪੈਸੇ ਲੱਗਣਗੇ ਜੀ ਰੂਲ ਮੁਤਾਬਕ ਤਿੰਨ ਰੇਡਾਂ ਤੇ ਪੈਸੇ ਲੱਗ ਸਕਦੇ ਹੈ ਫੌਜੀ ਸ਼ਾਮ 84 ਦੀਆਂ ਕਿ ਜਿਹੜਾ ਸਾਰੇ ਮੈਚ ਦੌਰਾਨ ਓਕੇ ਇੱਕ ਮਿੰਟ ਆਹ ਵੇਖਾਂ ਖੇਡ ਮੈਦਾਨ ਅੰਦਰ ਮੇਰੇ ਵੀਰੋ ਇੱਕ ਪਾਸੇ ਨੌਜਵਾਨ ਜੱਫਾ ਲਾਉਂਦਾ ਹੋਇਆ ਕੇਸ਼ੀ ਗਾਖੜਾਂ ਵਾਲਾ ਜਿਹੜਾ ਵੀ ਕਹਿੰਦੇ ਜਾਫੀ ਫੌਜੀ ਸ਼ਾਮ 84 ਵਾਲੇ ਨੂੰ ਜੱਫਾ ਲਾਊ ਤੇ ਉਸ ਨੌਜਵਾਨ ਨੂੰ ਕਿੰਨੇ ਪੈਸੇ 2100 ਰੁਪਇਆ ਦਿੱਤਾ ਨਹੀਂ ਤਾਂ ਫੌਜੀ ਦਾ ਕਿੰਨੇ ਕਿਹਦੇ ਵੱਲੋਂ ਆ ਜੀ ਪ੍ਰਵੀਨ ਪ੍ਰਧਾਨ ਜੀ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਆਤੋਂ ਆਣਾ ਪਿੰਡ ਤੋਂ ਤਿੰਨਾਂ ਰੇਡਾਂ ਤੇ ਕਹਿੰਦੇ 2100 ਰੁਪਇਆ ਲੱਗਿਆ ਹੋਇਆ ਆਤੋਂ ਆਣਾ ਕਲੱਬ ਦੇ ਪ੍ਰਧਾਨ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੇਰਾ ਖਿਆਲ ਆ ਦੋਆਣੇ ਦੇ ਵਿੱਚ ਵੀ 12-13 ਜਿਹੜੀ ਫਰਵਰੀ ਹੈ ਕਿ ਜਨਵਰੀ ਹੈ ਜੀ ਹਾਂ ਉਹ ਹੈਪੀ ਦੀ ਯਾਦ ਦੇ ਵਿੱਚ ਕਹਿੰਦੇ ਵੱਡਾ ਟੂਰਨਾਮੈਂਟ ਹੋਣਾ ਹੈ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਨੌਜਵਾਨ ਨੱਡਾ ਬਲਪੁਰੀਆਂ ਦਾ ਪਾਉਂਦਾ ਕਬੱਡੀ ਫੌਜੀ ਦੀ ਰੇਡ ਤੇ ਕਹਿੰਦੇ ਸਾਡੇ ਵੀਰਾਂ ਵੱਲੋਂ ਪ੍ਰਵੀਨ ਹੋਣਾ ਵੱਲੋਂ ਲੱਗ ਗਿਆ 2100 ਤਿੰਨਾਂ ਰੇਡਾਂ ਤੇ ਵੇਖਦਾ ਨੱਡਾ ਬਲਪੁਰੀਆਂ ਦਾ ਕਬੱਡੀ 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 ਵਾਹ ਉਹ ਲੱਖਿਆ ਇਹ ਆ ਚੀਮਿਆਂ ਦਾ ਲੱਖਾ ਉਧਰ ਰਾਜਾ ਪ੍ਰਧਾਨ ਅੱਜ ਮੁਬਾਰਕਬਾਦ ਹੈ ਇਹਦੇ ਸਾਰੇ ਨਗਰ ਨੂੰ ਰਾਜੇ ਪ੍ਰਧਾਨ ਨੂੰ ਮੇਰੇ ਵੀਰੋ ਵੱਡਾ ਟੂਰਨਾਮੈਂਟ ਕਹਿੰਦੇ ਇਸ ਪਿੰਡ ਦੇ ਵਿੱਚ ਕਰਵਾਇਆ ਤੇ ਦੁਨੀਆਂ ਦੇ ਮਹਾਨ ਕਬੱਡੀ ਖਿਡਾਰੀਆਂ ਨੂੰ ਅੱਜ ਬੁਲਾ ਕੇ ਮੇਰੇ ਵੀਰੋ ਮਾਣ ਬਖਸ਼ਿਆ ਜ਼ਿੰਮੇਵਾਰੀ ਲਾਈ ਬਿੱਟੂ ਭੋਲੇ ਵਾਲੀਏ ਦੀ ਫੌਜੀ ਸ਼ਾਮ 84 ਵਾਲਾ 2100 ਦੀ ਪਹਿਲੀ ਕਬੱਡੀ ਪਾ ਕੇ ਨੌਜਵਾਨ ਆਪਣੀ ਟੀਮ ਦੇ ਲਈ 1 ਲੱਖਾਂ ਜੇ ਪੁਆਇੰਟ ਦਾ ਵਾਧਾ ਕਰ ਰਿਹਾ ਹੈ ਇਹ ਹੈ ਸ਼ਾਮ 84 ਦਾ ਫੌਜੀ ਮਹਾਨ ਕਬੱਡੀ ਖਿਡਾਰੀ ਲਓ ਸਿੱਖੀ ਸਰੂਪ ਦੇ ਵਿੱਚ ਨੌਜਵਾਨ ਵਧਿਆ ਹੋਇਆ ਕਿ ਪਿਓ ਮਿਲ ਜੇ ਕਲਗੀ ਧਰ ਵਰਗਾ ਜਿਹਨੂੰ ਸਾਹਿਬ ਕੌਰ ਜੀ ਮਾਂ ਮਿਲ ਜੇ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ ਜਿਹਨੂੰ ਅਨੰਦਪੁਰ ਸਾਹਿਬ ਵਰਗੀ ਥਾਂ ਮਿਲ ਜੇ ਜਿਹਨੂੰ ਅਨੰਦਪੁਰ ਸਾਹਿਬ ਵਰਗੀ ਥਾਂ ਮਿਲ ਜੇ ਲਓ ਇੱਕ ਪਾਸੇ ਲੱਖਾਂ ਚੀਮਾ ਤੇ ਦੂਜੇ ਪਾਸੇ ਨੌਜਵਾਨ ਰੱਕੜਾਂ ਵਾਲਾ ਹੈ ਪੈਂਦੀ ਕਬੱਡੀ ਲੱਖਾਂ ਚੀਮਿਆਂ ਵਾਲਾ ਬੜਾ ਸਟਾਈਲਿਸ਼ ਜਿਹਾ ਗੱਭਰੂ ਹੈ ਵੇਖਦਾ ਖੇਡ ਮੈਦਾਨ ਦੇ ਵਿੱਚ ਇਹ ਆਹ ਲਓ ਜੀ ਪੁਆਇੰਟ ਜਿਹੜਾ ਹੈ ਉਹ ਧਾਵੀ ਦਾ ਹੈ ਕਾਕੂ ਚੌਧਰੀ ਮੰਗੂਪੁਰੀਆ ਕਹਿੰਦੇ ਵੀ ਰੱਕੜਾਂ ਦੇ ਜਾਫੀ ਜਿੰਨੇ ਵੀ ਜੱਫੇ ਲਾਉਣਗੇ ਸਾਰੀ ਫੌਜੀ ਨੂੰ ਜੱਫੇ ਲਾਉਣਗੇ ਹਰ ਇੱਕ ਜੱਫੇ ਦਾ 500 ਦਿੱਤਾ ਜਾਣਾ ਮੇਰੇ ਜੀ ਨੂੰ ਲਓ ਵੇਖਦਾ ਖੇਡ ਮੈਦਾਨ ਦੇ ਵਿੱਚ ਸੋਨੂ ਹੁੰਦਲ ਢੱਡੇ ਪਿੰਡ ਦਾ ਮੇਰੇ ਵੀਰੋ ਅਜਮੇਰ ਖਜਾਲੇ ਵਾਲਾ ਖੇਡ ਮੈਦਾਨ ਦੇ ਵਿੱਚ ਹੈ ਨੌਜਵਾਨ ਸੋਨੂ ਵਰਗੇ ਸੋਨੀ ਵਰਗੇ ਮੇਰੇ ਵੀਰੋ ਲੱਖਣ ਵਰਗੇ ਵੇਖਦਾ ਖੇਡ ਮੈਦਾਨ ਦੇ ਵਿੱਚ ਪੂਰੀ ਕੋਸ਼ਿਸ਼ ਕਰਦਾ ਹੋਇਆ ਨੌਜਵਾਨ ਮੇਰੇ ਵੀਰੋ ਸੋਨੀ ਮੇਰੇ ਵੀਰੋ ਕਹਿੰਦੇ ਫੇਰੂ ਚੀਚੀ ਪਿੰਡ ਹੈ ਇਸ ਨੌਜਵਾਨ ਦਾ ਭਾਵੇਂ ਸਰੀਰ ਦਾ ਥੋੜ੍ਹਾ ਪਤਲਾ ਹੈ
ਪਰ ਲੱਗ ਗਿਆ ਜੱਫਾ ਤੇ ਪੁਆਇੰਟ ਮੇਰੇ ਵੀਰੋ ਇਸ ਵੇਲੇ ਰੱਕੜਾਂ ਦੀ ਟੀਮ ਦੇ ਹਿੱਸੇ ਜਾ ਜੁੜਿਆ ਪੁਆਇੰਟ ਜਿਹੜਾ ਸਟਾਪਰ ਦੇ ਹਿੱਸੇ ਜਾ ਜੁੜਿਆ ਲਓ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਫਿਰ ਨੌਜਵਾਨ ਮੰਨਾ ਚਾਕਾ ਮਾਲੀ ਦਾ ਹੋਇਆ ਕਬੱਡੀ ਭਾਰੀ ਜੇ ਸਰੀਰ ਦਾ ਛੋਟਾ ਕੱਦ ਹੈ ਤਜਰਬੇ ਵੱਡੇ ਵਾਲੀ ਗੱਲ ਹੈ ਲੈ ਵੀ ਸਲਾਮੋ ਜੇ ਲਾਏਗਾ ਜੱਫਾ ਤੇ ਸਵਾਦ ਆਜੂ ਸੰਗਤ ਨੂੰ ਲਓ ਵੇਖਣਾ ਸਾਹਮਣੇ ਕੇਸ਼ੀ ਗਾਖੜ ਤੇ ਪੁਆਇੰਟ ਸਾਡੇ ਡੀ ਪੀ ਸਾਹਿਬ ਦਾ ਫੈਸਲਾ ਹੈ ਵੀ ਰੇਡਰ ਦਾ ਪੁਆਇੰਟ ਜਿਹੜਾ ਮੰਨੇ ਇਸ ਨੌਜਵਾਨ ਗੱਭਰੂ ਦੇ ਹਿੱਸੇ ਜਾ ਜੁੜਿਆ ਚਾਕਾਂ ਵਾਲੀ ਦੇ ਮੰਨੇ ਦੇ ਵਰਲਡ ਫਿਟਨੈਸ ਜਿਮ ਵਾਲੇ 500 ਦੇਣਗੇ ਪਾਲੇ ਦੀ ਆ ਰੇਟ ਦਾ ਜੇ ਜਾਫੀ ਨੇ ਜੱਫਾ ਲਾਤਾ ਤੇ ਜਾਫੀ ਦਾ ਤੇ ਜੇ ਰੇਡਰ ਨੇ ਪੁਆਇੰਟ ਲੈਣ ਦਾ ਤਾਂ ਰੇਡਰ ਦਾ ਵਰਲਡ ਫਿਟਨੈਸ ਜਿਮ ਉਹਨਾਂ ਦਾ ਵੀ ਧੰਨਵਾਦ ਹੈ ਲਓ ਖੇਡ ਮੈਦਾਨ ਅੰਦਰ ਲਓ ਜੀ ਪਾਲਾ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਗਿਆ ਹਾਫ ਟਾਈਮ ਇਸ ਮੈਚ ਦਾ ਹੋ ਚੁੱਕਿਆ ਹੈ ਔਰ ਹਾਫ ਟਾਈਮ ਤੱਕ ਦੇ ਸਕੋਰ ਜਿਹੜੇ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਹਾਂ ਕਿੰਨੇ ਕਿੰਨੇ ਸਕੋਰ ਹੈ ਜੀ ਇਸ ਮੈਚ ਦੇ ਜ਼ਰੂਰ ਦੱਸ ਦਿਓ 8 ਪੁਆਇੰਟ ਨੇ 8.5 ਪੁਆਇੰਟ ਨੇ ਬਾਬਾ ਨੰਦਾ ਜੀ ਕਲੱਬ ਰੱਕੜਾਂ ਦੇ 14 ਪੁਆਇੰਟ ਨੇ ਨੰਗਲ ਅੰਬੀਆਂ ਦੇ ਹਾਫ ਟਾਈਮ ਦੇ ਵਿੱਚ ਇੰਨੀ ਕੁ ਹਾਜ਼ਰੀ ਕਬੂਲ ਕਰਿਓ ਔਰ ਆਪਣੇ ਛੋਟੇ ਵੀਰ ਦੀ ਇਹਦੂ ਬਾਅਦ ਪੰਮਾ ਸਾਡਾ ਵੀਰ ਆਊਗਾ ਮੈਂ ਇੱਕ ਵਾਰ ਫੇਰ ਤੋਂ ਲੱਖ ਲੱਖ ਵਾਰ ਵਧਾਈ ਦਿੰਦਾ ਆਪਣੇ ਵੱਡੇ ਵੀਰ ਰਾਜੇ ਪ੍ਰਧਾਨ ਨੂੰ ਇਸ ਨਗਰ ਨੂੰ ਪਹੁੰਚੀ ਹੋਈ ਸੰਗਤ ਨੂੰ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਇਸ ਟੂਰਨਾਮੈਂਟ ਦਾ ਆਨੰਦ ਮਾਣਿਆ ਬਿੱਟੂ ਭੋਲੇ ਵਾਲੀਏ ਦਾ ਧੰਨਵਾਦ ਹੈ ਸਾਡੀ ਜ਼ਿੰਦਗੀ ਦਾ ਪਰਮ ਮਿੱਤਰ ਹੈ ਮੇਰੇ ਵੀਰੋ ਬਿੱਟੂ ਭੋਲੇ ਵਾਲੀਆ ਔਰ ਰਾਜੇ ਪ੍ਰਧਾਨ ਉਹਨਾਂ ਨੂੰ ਮੁਬਾਰਕਬਾਦ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੇ ਬੋਲਦਿਆਂ ਕਿਸੇ ਵੀਰ ਦੀ ਸ਼ਾਨ ਦੇ ਖਿਲਾਫ ਗਲਤ ਬੋਲਿਆ ਗਿਆ ਹੋਵੇ ਤਾਂ ਆਪਣੇ ਛੋਟੇ ਵੀਰ ਰੁਪਿੰਦਰ ਜਲਾਲ ਨੂੰ ਅਣਜਾਣ ਜਿਹਾ ਬੱਚਾ ਸਮਝ ਕੇ ਮਾਫ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪੰਮਾ ਭਾਟੀਆ ਜੀ ਲਓ ਮੇਰੀ ਵੀਰੀਓ ਕਹਿੰਦੇ ਫੌਜੀ ਦੀ ਕਬੱਡੀ ਆ ਸ਼ਾਨ 84 ਵਾਲੇ ਦੀ 3 ਕਬੱਡੀਆਂ ਤੇ 2100 ਲਾਇਆ ਕਹਿੰਦੇ ਪ੍ਰਵੀਨ ਪ੍ਰਧਾਨ ਨੇ ਲੈ ਲਈ ਡੀ ਪੀ ਸਾਹਿਬ ਦੱਸਿਓ ਪੁਆਇੰਟ ਜਿਹੜਾ ਕਹਿੰਦੇ ਫੌਜੀ ਦੇ ਹਿੱਸੇ ਹੈ ਔਰ 1 ਕਬੱਡੀ ਹੋ ਚੁੱਕੀ ਹੈ ਔਰ 2 ਕਬੱਡੀਆਂ ਬਾਕੀ ਨੇ ਕਹਿੰਦੇ 2100 ਲੱਗੇ ਹੈ ਚੱਲ ਵੇ ਨੌਜਵਾਨਾਂ ਪਾ ਫਿਰ ਕਬੱਡੀ ਚੱਲ ਵੇ ਨੱਡਿਆ ਪਾ ਫਿਰ ਕਬੱਡੀ ਆ ਬਲਪੁਰੀ ਆ ਨਾਡਾ ਕਹਿੰਦੇ ਅੱਜ ਰਕੜਾਂ ਦੇ ਵੱਲੋਂ ਖੇਡਦਾ ਲਓ ਐਦਰ ਕਹਿੰਦੇ ਕੇਸ਼ੀ ਦੀ ਕਹਿੰਦੇ ਕੀਤੀ ਹੋਈ ਟਰਾਈ ਲਾਵੇ ਕੇਸ਼ੀ ਨੌਜਵਾਨਾਂ ਗਾਖਰ ਵਾਲਿਆ ਲਾ ਦੇ ਜੱਫਾ ਨੌਜਵਾਨਾਂ ਮੁੰਡੀ ਦੇ ਨੇੜੇ ਹੋ ਜਾ ਔਰ ਨਹੀਂ ਲੱਗ ਸਕਿਆ ਇਹ ਨੱਡਾ ਬਲਪੁਰੀ ਆ ਕਹਿੰਦੇ ਅੰਕ ਜੁੜ ਗਏ ਆਪਣੀ ਟੀਮ ਦੇ ਲਈ ਔਰ ਫੌਜੀ ਦੀਆਂ 3 ਕਬੱਡੀਆਂ ਤੇ ਪ੍ਰਵੀਨ ਪ੍ਰਧਾਨ ਜੀ ਉਹਨਾਂ ਨੇ 2100 ਪੁੱਜਦਾ ਕਰ ਦਿੱਤਾ ਚੱਲ ਵੇ ਨੌਜਵਾਨਾਂ ਪਾ ਫਿਰ ਕਬੱਡੀ ਆ ਕਹਿੰਦੇ ਚੀਮਿਆਂ ਵਾਲੇ ਫਿਰ ਨੌਜਵਾਨ ਦੀ ਪੈਂਦੀ ਹੋਈ ਕਬੱਡੀ ਲਓ ਜੀ ਸੋਨਾ ਸਾਡਾ ਪਰਮ ਪਿਆਰਾ ਮਿੱਤਰ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਬੈਠਾ ਹੈ ਨਾਲ ਹੀ ਪ੍ਰਵੀਨ ਹੋਣੀ ਨਵਾਂਸ਼ਹਿਰ ਵਾਲੇ 500 ਇਸ ਰੇਡਰ ਦੇ ਲਈ ਲਾਵੇ ਚੀਮਿਆਂ ਵਾਲਿਆਂ ਨੌਜਵਾਨਾਂ ਇੰਦਰਪਾਲ ਜੀ ਆ ਇਸ ਮੁੰਡੇ ਦੇ ਲਈ 500 ਹੈ ਆ 500 ਸਾਡੇ ਸੋਨੇ ਆੜਤੀ ਹੋਣੀ ਇਸ ਨੌਜਵਾਨ ਦੇ ਲਈ ਚੱਲ ਵੇ ਨੌਜਵਾਨਾਂ ਅੰਮ੍ਰਿਤ ਪਾ ਫਿਰ ਕਬੱਡੀ ਆ ਅੰਮ੍ਰਿਤ ਮੇਰੇ ਵੀਰੀਓ ਕਹਿੰਦੇ ਕਬੱਡੀ ਪਾਉਂਦਾ ਹੁਣ ਦੇਖਦੇ ਹਾਂ ਕੌਣ ਡੱਕੇਗਾ ਇੱਥੇ ਸਮੇਂ ਦੀਆਂ ਗੱਲਾਂ ਹੋਣਗੀਆਂ ਲਓ ਪਰਲੀ ਕੰਨੀ ਤੇ ਕਹਿੰਦੇ ਲੱਖਾਂ ਚੀਮੇ ਪਿੰਡਦਾ ਲਓ ਐਨ ਕਹਿੰਦੇ ਲਾਹ ਜੀ ਯਾਰੀ ਦੇ ਨਾਲ ਜਫਾ ਅੰਕ ਜੁੜ ਗਿਆ ਲਓ ਕਹਿੰਦੇ ਫੌਜੀ ਦੀ ਦੂਜੀ ਕਬੱਡੀ 2100 ਲੱਗਿਆ ਲਓ ਇੱਧਰ ਮੇਰੇ ਵੀਰੀਓ ਫਿਰ ਤਿੰਨ ਹੋ ਗਿਆ ਜੀ ਤਿੰਨ ਹਾਫ ਤੋਂ ਬਾਅਦ ਉਹ ਕਹਿੰਦੇ ਸੀਗੇ ਚਲੋ ਕੋਈ ਗੱਲ ਨਹੀਂ ਤਿਆਜਿਓ ਜੀ ਕਿਉਂਕਿ ਸਾਨੂੰ ਤੇ ਜਿਵੇਂ ਕਿਹਾ ਆਪਾਂ ਬੋਲ ਦਿੱਤਾ ਲਓ ਇੱਧਰ ਫਿਰ ਮੇਰੀ ਵੀਰੀਓ ਕਬੱਡੀ ਆ ਨੌਜਵਾਨ ਮੰਨਾ ਚਾਕਾ ਵਾਲੀ ਦਾ ਅੱਜ ਕਹਿੰਦੇ ਰੱਕੜਾਂ ਦੇ ਵੱਲੋਂ ਕਬੱਡੀ ਪਾਉਂਦਾ ਹੈ ਚੱਲ ਵੇ ਮੰਨਿਆ ਲਓ ਇੱਧਰ ਫਿਰ ਲੱਖਾਂ ਕਹਿੰਦੇ ਮੈਂ ਡੱਕਦਾ ਲਾ ਲੈ ਲੱਖਿਆ ਨੌਜਵਾਨਾਂ ਬੱਲੇ ਬੱਲੇ ਹੋ ਜਾਣੀ ਹੈ ਐਨ ਕਹਿੰਦੇ ਹੰਡਿਆ ਲਾ ਕੇ ਆ ਲੱਖਾਂ ਕਹਿੰਦੇ ਮੇਰੀ ਵੀਰੀਓ ਸਟਾਈਲਿਸ਼ ਜਿਹਾ ਖਿਡਾਰੀ ਹੈ ਐਨ ਬਾਰਡਰ ਤੇ ਮੁਕਾਬਲਾ ਹੋਇਆ ਆ ਲੱਖਾਂ ਮੇਰੀ ਵੀਰੀਓ ਕਹਿੰਦੇ ਨਹੀਂ ਡੱਕ ਸਕਿਆ ਇਸ ਨੌਜਵਾਨ ਨੂੰ ਚੱਲ ਬਈ ਨੌਜਵਾਨਾਂ ਪਾਸਰ ਚੀਮਿਆਂ ਵਾਲਿਆ ਕਬੱਡੀ ਔਰ ਜਿੱਥੇ ਲੱਖੇ ਦੀ ਗੱਲ ਉੱਥੇ ਸਾਹਮਣੇ ਕਹਿੰਦੇ ਇਸ ਨੌਜਵਾਨ ਦੀ ਗੱਲ
लो जी काकू चौधरी हुणी आखदे है कि रकड़ा की टीम दे जाफी जिहड़ा भी फौजी नूं जफा लाएगा कहिंदे 1100 देवांगे। काकू चौधरी हुणी ते नाल ही बिकी सरपंच हुणी कहिंदे 1100 दा ऐलान कर दिता है कि जिहड़ा भी जाफी रकड़ा की टीम का फौजी नूं जफा लाएगा 1100 देवांगे। चल बई नौजवाना पा फिर कबड्डी इधर फिर मेरी वीरियो आ नौजवान कहिंदे नड्डा बल पाओ चल बे गबरूआ सिखी सरूप दे विच पाई होई कबड्डी और कहिंदे ठंड का भी जिहड़ा प्रकोप वध रहा है दर्शक वीर भी जुड़े ने इधर फिर कहिंदे लखे की कीती होई कोशिश चल बे फौजी पा फिर कबड्डी और कहिंदे 1100 रुपया मिलना जिहड़े जाफी ने जफा लाना है जिवें साडा रुपिंदर वीर आखदा हुंदा है कि ईवनिंग 84 वाला फौजी आ मेरे वीरियो पाउंदा कबड्डी ऐन कहिंदे भरमा जुस्सा खेड कहिंदे बखरी आ मुंडे दी हर जो पिछे लो ऐ बार्डर ते मुकाबला हुण देखदे आ किहो जी गल करदा इह फौजी दो वीर कबड्डी खेडदे आ कहिंदे पिछले साल परियां दे कबड्डी कप दे मोटरसाइकिल दे जेतू दोनों वीर दोनों मोटरसाइकिल जित के लै गए सी सलामू ते फौजी लो इधर सामने याफलैंड दे विच देखदे आ एक बिल्ली भुलण दा सुख है लो इधर कहिंदे मेरे वीरियो आ कहिंदे लखा चीमियां दी धरती दा अंक जुड़ गया अपनी टीम दे लई और नंगल अंबियां दी टीम दे हिस्से एक होर वड्डा अंक चल बे नौजवाना पा दे फिर कबड्डी लो अगली कबड्डी फिर हिस्से आई है भरमा शरीर है गज चौड़ी छाती और थबे थबे दे पट हुण देखदे आ कौन डकेगा इह ते समय की गल होवेगी अजमेर डकेगा या फिर अरे 500 बिकी धमान जी हुणी कहिंदे 1100 बिकी सरपंच ते काकू चौधरी 500 बिकी धमान हुणी कहिंदे कि जिहड़ा भी जाफी फौजी नूं जफा लाएगा 500 देवांगे। आवे नौजवाना पा फिर मन्निया कबड्डी और मन्ना चक्कां वाली दा कहिंदे गुरदासपुरी आ नौजवाने और पाउंदा होया कबड्डी कौन डकेगा लखा डकेगा या फिर बिली भुलण वाला पर इधर मेरे वीरियो लखे दी कीती होई कोशिश लावे फौजी दी इस कबड्डी ते 500 लाता है सोना आड़ती है जे जफा लग गया ते जाफी दा जे नहीं लग्या ते जेड़ा फौजी नूं दिता जाना है 1600 पहलों लग्या होया जेड़ा जाफी जफा लाएगा लैवे फौजी सिंह तेरे लिए 500 सोना आड़तिया साडा वीर कहिंदे आस्ट्रेलिया दे विच बैठा है और बहुत ही माया दे खुले गफे दे रहे हैं साडा सोना वीर कहिंदे आस्ट्रेलिया दे विच बैठा होया है और पिछले दिनी कहिंदे पुज्जा आस्ट्रेलिया दे विच सो बहुत बहुत वधाई दे पात्र ने सारे साडे वीर जिहड़े विदेशों दे विच बैठ के भी मां खेड कबड्डी दे नाल डाढा प्यार करते ने। इधर फिर मेरे वीरियो नड्डा बलपुरी आ लो इधर कहिंदे सलामू सलामू कहिंदे और पॉइंट फिर डबल टच दा इशारा चल वे फौजी पा फिर कबड्डी लावे नौजवानों